ਖੇਰ ਦੇ ਕਾਨੂੰਨ ਵਿਵਸਥਾ ਤਾਂ ਜੰਗਲ ਰਾਜ ਬਣਿਆ ਪਿਆ ਜੀ ਕਈ ਵਾਰੀ ਤਾਂ ਲੱਗਦਾ ਸਰਕਾਰ ਹੀ ਹੈ ਨਹੀਂ ਕਈ ਵਾਰੀ ਲੱਗਦਾ ਕੀ ਪਤਾ ਨਹੀਂ ਸਰਕਾਰ ਸਪான்ਸਰਡ ਸਾਰਾ ਇਹ ਲਾਂਡਰ ਆਰਡਰ ਖਰਾਬ ਹੋਇਆ ਆ ਕਿਉਂਕਿ ਹਰ ਆਏ ਦਿਨ ਇੱਕ ਚੋਰੀ ਹੁੰਦੀ ਆ ਬੜੀ ਜ਼ਬਰਦਸਤ ਚੋਰੀ ਹੁੰਦੀ ਆ ਕੋਈ ਮਾਮੂਲੀ ਨਹੀਂ ਹੁੰਦੀ ਲੁੱਟ ਖੋਹ ਹੋ ਰਹੀ ਆ ਇਸ ਮਹੀਨੇ ਚ ਜੇ ਆਪਾਂ ਗਿਣਤੀ ਕਰਨ ਲੱਗੇ ਤਾਂ ਮੇਰਾ ਖਿਆਲ 30 ਦਿਨਾਂ ਚ 22 23 ਤੋਂ ਜ਼ਿਆਦਾ ਐਸੀਆਂ ਘਟਨਾਵਾਂ ਹੋਈਆਂ ਜਿਦੇ ਨਾਲ ਲੋਕੀ ਪੈ ਪੀ ਤਾਂ ਬੁਰੀ ਤਰ੍ਹਾਂ ਵਪਾਰੀਆਂ ਨੂੰ ਮਿਲਦੇ ਆ ਅੱਜ ਵੀ ਮੈਂ ਗਿਆ ਸੀਗਾ ਗਰਗ ਸੈਨੀਟਰੀ ਵਾਲਿਆਂ ਦੇ ਉਹ ਉੱਪਰ ਤੋਂ ਸ਼ਟਰ ਤੋੜੇ ਟਫੰਡ ਗਲਾਸ ਤੋੜਿਆ ਸਭ ਕੁਝ ਲੈ ਗਿਆ ਉਹਨਾਂ ਦਾ ਜੋ ਅੱਲੇ ਵੱਲ ਜੀਜਾ ਸੀ ਔਰ ਤਸੱਲੀ ਨਾ ਕਰਕੇ ਗਿਆ ਤੇ ਪ੍ਰਸ਼ਾਸਨ ਜ਼ੀਰੋ ਆ ਬਿਲਕੁਲ ਬੁਣਾ ਹੋ ਚੁੱਕਾ ਫੇਲ ਹੋ ਚੁੱਕਾ ਉਹਨਾਂ ਨੂੰ ਕੋਈ ਕੋਲ ਕੋਈ ਜਵਾਬ ਨਹੀਂ ਹੈਗਾ ਔਰ ਕਈ ਤਾਂ ਲੋਕੀ ਕਹਿੰਦੇ ਗਵਰਨਮੈਂਟ ਨਾਂ ਦੀ ਕੋਈ ਚੀਜ਼ ਨਹੀਂ ਦਿਖਦੀ ਮੈਂ ਤਾਂ ਕੰਨਾ ਬਿਲਕੁਲ ਜੰਗਲ ਰਾਜ ਆ ਔਰ ਬਹੁਤ ਵਾਰੀ ਤਾਂ ਲੱਗਦਾ ਕਿ ਇਹ ਪਤਾ ਨਹੀਂ ਗਵਰਨਮੈਂਟ ਸਮਪੋਰਸਰਡ ਹੀ ਆਇਆ ਇਹ ਸਾਰਾ ਜਿਹੜਾ ਵੀ ਚੋਰੀਆਂ ਚਕਾਰੀਆਂ ਲਟੇ ਹੋ ਰੀਆਂ ਲੋਕਾਂ ਦਾ ਧਿਆਨ ਵਿਕਾਸ ਵੱਲ ਨਾ ਜਾਵੇ ਔਰ ਜਿੱਥੇ ਵੀ ਵਿਕਾਸ ਦਾ ਕੰਮ ਸ਼ੁਰੂ ਹੋਇਆ ਉਥੇ ਇੱਕ ਨਮਾ ਹੀ ਮਾਡਲ ਸੰਤਾ ਦੇਖਣ ਨੂੰ ਮਿਲਦਾ ਹੈਗਾ ਇੱਥੇ ਇੱਕ ਕਮਿਊਨਿਟੀ ਸੈਂਟਰ ਬਣਾਉਣਾ ਸ਼ੁਰੂ ਕੀਤਾ ਔਰ ਮੈਂ ਬਿਲਕੁਲ ਇਸ ਗੱਲ ਤੋਂ ਬਿਲਕੁਲ ਕੌਨਫੀਡੈਂਟ ਆ ਕਿ ਇਹ ਜਿਹੜਾ ਕਮਿਊਨਿਟੀ ਸੈਂਟਰ ਹੈ ਸਰਵਿਸ ਕਲੱਬ ਦਾ ਹੈ ਕਿ ਹਿਸਾਬ ਨਾਲ ਕਹਿ ਰਹੇਗਾ ਔਰ ਅਮੀਰ ਲੋਕਾਂ ਤੇ ਅਫਸਰਾਂ ਦੇ ਕੰਮ ਆਊਗਾ आम जनता ਦੇ ਕੰਮ ਆਉਣ ਵਾਲਾ ਨਹੀਂ ਔਰ ਸਿਮੀਨਰਲੀ ਜਿਹੜਾ ਅੰਮ੍ਰਿਤ ਯੋਜਨਾ ਸੈਂਟਰ ਦੀ ਸੀਵਰਜ ਵਾਟਰ ਸਪਲਾਈ ਸੀਵਰੇਜ ਉਹ ਉਹਦਾ ਹੀ ਬੜਾ ਇੱਕ ਐਕਸਪ੍ਰੈਸ ਨੇ ਘਟਾਲਾ ਉਜਾਗਰ ਕਰ ਦਿੱਤਾ ਹੈ ਔਰ ਪ੍ਰਾਈਵੇਟ ਕਲੋਨੀਆਂ ਵਾਸਤੇ ਪ੍ਰਾਇੋਰਟੀ ਬੇਸ ਤੇ ਉਸ ਜਗ੍ਹਾ ਤੇ ਸੀਵਰੇਜ ਪੈਣਾ ਸ਼ੁਰੂ ਹੋ ਗਿਆ ਜਿੱਥੇ ਪ੍ਰਾਈਵੇਟ ਕੋਲੋਨਾਈਜ਼ਰ ਉਹਦਾ ਫਾਇਦਾ ਉਠਾਣ ਔਰ ਉਹਨਾਂ ਵਿੱਚੋਂ ਬਹੁਤੇ ਸੱਤਾ ਰੋਡ ਪਾਰਟੀ ਦੇ ਬੰਦੇ ਆ ਔਰ ਬਾਕੀ ਸ਼ਹਿਰਾਂ ਹਮਲਿਆਂ ਗਲੀਆਂ ਦੇ ਲੋਕਾਂ ਨੂੰ ਤਰਸ ਦੇ ਛੱਡ ਕੇ ਉੱਥੇ ਸਾਰਾ ਪੈਸਾ ਜਿੱਥੇ ਉਹਨਾਂ ਦੀ ਵੈਲਿਊ ਐਡੀਸ਼ਨ ਹੋਏਗੀ ਕਲੋਨੀਆਂ ਦੇ ਵਿੱਚ ਉੱਥੇ ਖਰਚ ਹੋਣਾ ਸ਼ੁਰੂ ਹੋਇਆ ਹੈ ਇਹ ਬਹੁਤ ਵੱਡਾ ਇੱਕ ਅਪਲਏ ਦੀ ਵੀ सीबीआई ਦੀ ਜਾਂਚ ਦੀ ਅਸੀਂ ਮੰਗ ਕੀਤੀ ਆ ਔਰ ਇਹਦੇ ਵਿੱਚ ਸੱਤਾ ਰੂਟ ਪਾਰਟੀ ਪੂਰੀ ਤਰ੍ਹਾਂ ਇਨਵੋਲਡ ਸ਼੍ਰੀ ਦਸ਼ਮੇਸ਼ ਅਕੈਡਮੀ ਸਕੂਲਿੰਗ ਐਂਡ ਕੋਚਿੰਗ ਇੰਸਟੀਟਿਊਟ ਫਾਰ ਮੈਡੀਕਲ ਨਾਨ ਮੈਡੀਕਲ ਅਤੇ ਕਾਮਰਸ ਪ੍ਰੋਫੈਸਰ ਹਰਪ੍ਰੀਤ ਜੀ ਐਡਮਿਸ਼ਨ ਓਪਨ ਸ਼੍ਰੀ ਦਸ਼ਮੇਸ਼ ਅਕੈਡਮੀ ਨੀਅਰ ਆਈਟੀਆਈ ਚਿਲੰਦਰ ਰੋਡ ਹੁਸ਼ਿਆਰਪੁਰ ਕਾਲ 82848 86187